ਹੈਲੋ, ਮੇਰਾ ਨਾਂ ਚੌਧਰੀ ਰਜਿੰਦਰ ਨਿੱਜਰ ਹੈ। ਮੈਂ ਪੰਡੋਰੀ ਨਿੱਜਰਾਂ ਦਾ ਜੱਟ ਹੈਗਾ, ਜਿਹੜੀ ਕਿ ਆਦਮਪੁਰ ਦੁਆਬੇ ਦੇ ਕੋਲ ਹੈ। ਅਤੇ ਇੱਥੇ ਮੈਂ ਰੈਡਿੰਗ ਰਹਿੰਦਾ ਅਤੇ ਰਿਟਾਇਰਡ ਲੈਕਚਰਰ ਹੈਗਾ ਅਤੇ ਕ੍ਰਿਸਚੈਨਿਟੀ ਦੇ ਸਿੱਖਇਜ਼ਮ ਦਾ ਪ੍ਰਚਾਰ ਕਰਦਾ ਹੈਗਾ ਅਤੇ ਉਹ ਰੀਅਲ ਇਸਲਾਮ ਦਾ ਵੀ। ਅਤੇ ਮੈਂ ਇਹ ਹੈਗਾ ਜਿਹੜਾ ਵੀਡੀਓ ਹੈਗਾ, ਇਹ ਹੈਗਾ ਸੱਚੇ ਪਾਤਸ਼ਾਹ ਹਰ ਰਾਏ ਜੀ। ਅਤੇ ਇਹ ਇਸ ਤਰ੍ਹਾਂ ਹੈਗਾ, ਸੱਚੇ ਪਾਤਸ਼ਾਹ ਹਰ ਰਾਏ ਜੀ, ਇਹ ਸ਼ੂਦਰ ਹੁੰਦੇ ਜਿਹੜਾ ਸੇਵਾ ਕਰਨ ਵਾਲੇ, ਸ਼ੂਦਰ ਵਨ ਸੰਬੰਧੀ ਪਾਤਸ਼ਾਹ ਹੋਏ ਹਨ ਅਤੇ ਇਹਨਾਂ ਨੇ ਸੱਚੇ ਪਾਤਸ਼ਾਹ ਹਰਗੋਬਿੰਦ ਜੀ ਦੇ ਕੰਮ ਨੂੰ ਜਾਰੀ ਰੱਖਿਆ ਅਤੇ ਆਪਣੇ ਬਿਰਧ ਦੇ ਅਨੁਸਾਰ ਸੱਚੇ ਪਾਤਸ਼ਾਹ ਜੀ ਹਸਪਤਾਲ ਬਣਵਾ ਕੇ ਰੂਹਾਂ ਦੇ ਸੰਕਟ ਕੱਟਦੇ ਸਨ। ਯਾਦ ਰੱਖੋ ਕਿ ਧਰਮ ਰਾਏ ਕਰਮ ਮਾਰਗ ਦਾ ਸ਼ਾਹ ਹੁੰਦਾ ਹੈ ਅਤੇ ਹਰ ਦੇ ਭਗਤਾਂ ਦਾ ਧਰਮ ਰਾਏ ਦਾ ਹਿਸਾਬ ਕਿਤਾਬ ਖਤਮ ਹੋ ਜਾਂਦਾ ਹੈ ਅਤੇ ਅਕਾਲ ਪੁਰਖ ਦਾ ਹਿਸਾਬ ਕਿਤਾਬ ਲੈਣ ਵਾਲਾ ਹਰ ਰਾਏ ਹੋ ਜਾਂਦਾ ਹੈ। ਇਸ ਕਰਕੇ ਸੱਚੇ ਪਾਤਸ਼ਾਹ ਦੀ ਸੇਵਾ ਅਤੇ ਨੌਕਰੀ ਕਰਕੇ ਆਦਮੀ ਮੁਕਤ ਦਾਨ ਪਾਉਂਦਾ ਹੈ। ਫਿਰ ਸੱਚੇ ਪਾਤਸ਼ਾਹ ਪੀਰਾਂ ਦਾ ਪੀਰ ਹੋਣ ਕਰਕੇ ਇਹ ਬਾਣੀ ਦੀ ਵਿਆਖਿਆ ਖੂਬ ਕਰਕੇ ਸੰਗਤਾਂ ਨੂੰ ਨੌ ਨਿਹਾਲ ਕਰਦੇ ਹਨ। ਜਿਹੜਾ ਸੱਚੇ ਪਾਤਸ਼ਾਹ ਹੁੰਦਾ ਹੈ ਸਤਿਗੁਰੂ ਤੋਂ ਵੱਡਾ ਹੁੰਦਾ, ਇਹ ਵਿਆਖਿਆ ਕਰਦਾ ਹੈਗਾ ਉਹਦੀ ਅਤੇ ਇਹ ਆਪ ਉਚਾਰਦੇ ਨਹੀਂ ਬਾਣੀ, ਉਚਾਰਦਾ ਸਤਿਗੁਰੂ ਹੈਗਾ, ਵਿਸ਼ਨੂੰ ਦਾ ਰੂਪ ਇਹ ਹੈਗਾ ਨਾ, ਸ਼ਿਵ ਦਾ ਰੂਪ ਹੈਗੇ ਨੇ ਜਿਹੜੇ ਸੱਚੇ ਪਾਤਸ਼ਾਹ ਹੈਗੇ ਨੇ ਅਤੇ ਇਹ ਉਚਾਰਦੇ ਨੇ ਵਿਸ਼ਨੂੰ ਦੀ ਬਾਣੀ ਨੂੰ, ਇਹ ਮੱਦੇਨਜ਼ਰ ਰੱਖ ਕੇ ਕੰਮ ਕਰਦੇ ਨੇ ਅਤੇ ਵਿਸ਼ਨੂੰ ਦੀ ਬਾਣੀ ਇਹ ਵਿਆਖਿਆ ਖੂਬ ਕਰਕੇ ਦੱਸਦੇ ਨੇ ਅਤੇ ਇਹਨਾਂ ਦੇ ਆਪਣੇ ਦਰਬਾਰ ਲਾਉਂਦੇ ਸੀ, ਉਹਦੇ 'ਚ ਬਾਣੀ ਦੀ ਵਿਆਖਿਆ ਜਾਂ ਕਿਸੇ ਕੋਈ ਸਵਾਲ ਕਰਦਾ ਸੀਗਾ ਉਹ ਜਵਾਬ ਦਿੰਦੇ ਸੀਗੇ, ਉਹਦਾ ਹੱਲ ਦਿੰਦੇ ਸੀਗੇ। ਅਤੇ ਇਹਨਾਂ ਨੇ ਬਹੁਤ ਦਿਲ ਦੇ ਰਹਿਮ ਦਿਲ ਹੁੰਦੇ ਸੀਗੇ, ਜਿਹੜਾ ਕਿ ਅਕਾਲ ਪੁਰਖ ਵੀ ਰਹਿਮ ਦਿਲ ਹੈਗਾ। ਅਤੇ ਇੱਕ ਵਾਰੀ ਕਹਿੰਦੇ ਇਹਨਾਂ ਦੇ ਚੋਲੇ ਨਾਲ ਡਾਣੀ ਨਾਲ ਫੁੱਲ ਟੁੱਟ ਗਿਆ ਅਤੇ ਇਹਨਾਂ ਨੂੰ ਬੜਾ ਸਦਮਾ ਹੋਇਆ ਅਤੇ ਉਹ ਸੱਚੇ ਪਾਤਸ਼ਾਹ ਹਰਗੋਬਿੰਦ ਜੀ ਕਹਿੰਦੇ ਕਿ ਚੋਲੇ ਨੂੰ ਟੰਗ ਕੇ ਰੱਖਿਆ ਕਰੋ ਤਾਂ ਕਿ ਕਿਸੇ ਫੁੱਲ ਨੂੰ ਨਾ ਲੱਗੇ। ਫਿਰ ਇਹਨਾਂ ਨੇ ਚੋਲਾ ਐਨ ਟੰਗ ਕੇ ਰੱਖਣਾ, ਯਾਨੀ ਕਿ ਉਹਨੂੰ ਕਾਬੂ 'ਚ ਰੱਖਣਾ। ਅਤੇ ਬਹੁਤ ਇਸ ਤਰ੍ਹਾਂ ਕਰਦੇ ਸੀ ਕਿ ਫਿਰ ਸ਼ਿਕਾਰ ਜਾਂਦੇ ਹੁੰਦੇ ਸੀਗੇ, ਸ਼ਿਕਾਰ ਜਾਣਾ ਤਾਂ ਉੱਥੇ ਇਹਨਾਂ ਨੇ ਜਿਹੜਾ ਜ਼ਖਮੀ ਕੋਈ ਹੋਣਾ ਜਾਨਵਰ ਕਿਸੇ ਵੀ ਕਿਸਮ ਦਾ ਹੋਵੇ ਉਹਨੂੰ ਆਪਣੇ ਲੈ ਆਉਣਾ ਵਾਪਸ ਅਤੇ ਉਹਨੂੰ ਆਪਣੇ ਜ਼ੂ ਵਿੱਚ ਅਜਾਇਬ ਘਰ 'ਚ ਰੱਖਣਾ, ਉਹਦਾ ਦੇਖਭਾਲ ਕਰਨੀ ਅਤੇ ਉੱਥੇ ਉਹਨੂੰ ਖਾਣ ਪੀਣ ਨੂੰ ਸਭ ਉਹਦਾ ਦੇਖਣਾ। ਇਹ ਮਾਰਦੇ ਨਹੀਂ ਸੀ ਜਾਨਵਰ ਨੂੰ। ਅਤੇ ਹੋਰ ਇਹਨਾਂ ਦਾ ਜਿਹੜਾ ਸਾਰੇ ਕੰਮ ਸੀਗੇ ਇਹਨਾਂ ਨੇ ਸੇਵਾ ਕਰਕੇ, ਸ਼ੂਦਰ ਵਨ ਦਾ ਕੰਮ ਸੇਵਾ ਹੁੰਦੀ ਸੀ ਕਿਉਂਕਿ ਹਰ ਰਾਏ ਧਰਮ ਰਾਏ ਤੋਂ ਵੱਡਾ ਹੁੰਦਾ ਹੈ, ਜਿਵੇਂ ਕਿ ਹਰ ਹਰੀ ਤੋਂ। ਤਾਂ ਇਹਨਾਂ ਨੇ ਜਿਸਮ ਦੇ ਰੋਗੀਆਂ ਲਈ ਹਸਪਤਾਲ ਵੀ ਖੋਲ੍ਹੇ। ਹੁਣ ਜਿਹੜਾ ਬਹੁਤ ਸਾਰਿਆਂ ਨੂੰ ਨਾ ਹਰ ਅਤੇ ਹਰੀ ਦਾ ਨਹੀਂ ਪਤਾ, ਹਰੀ ਹੈਗਾ ਹਰੀ ਓਮ ਸ਼ਾਂਤੀ, ਇਹ ਜਿਸਮ ਦੇ ਉੱਤੇ ਲੱਗਦਾ ਹੈਗਾ ਅਤੇ ਇਹ ਪੰਡਿਤ ਦੀ ਜਿਹੜੀ ਮਰਿਆਦਾ ਜਿਸਮ 'ਤੇ ਲੱਗਦੀ। ਹਰ ਹੈਗਾ ਮਨ ਲਈ, ਇਹ ਜਿਹੜਾ ਅਕਾਲ ਪੁਰਖ ਹੈਗਾ ਇਹ ਹਰ ਦੀ ਬਾਣੀ ਹੈਗੀ, ਇਹ ਹਰੀ ਦੀ ਬਾਣੀ ਨਹੀਂ, ਜਿਹੜੀ ਕਿ ਕਈ ਵਾਰੀ ਗ੍ਰੰਥ ਸਾਹਿਬ ਵਿੱਚ ਲਿਖਿਆ ਹੈਗਾ ਗੁਣ ਤਾਂ ਗਾਓ ਹਰੀ ਦੇ, ਹਰੀ ਦੇ ਨਹੀਂ ਗੁਣ ਤਾਂ ਗਾਓ ਹਰ ਦੇ, ਮਨ ਜਿਨ ਵਸਾਇਆ। ਹੁਣ ਹਰ ਰਾਏ ਜੀ ਦੇ ਦੋ ਲੜਕੇ ਸਨ ਅਤੇ ਵੱਡੇ ਦਾ ਨਾਂ ਸੀ ਰਾਮ ਰਾਏ, ਭਾਵ ਕਿ ਉਹਦਾ ਰਾਏ ਜਿਹੜਾ ਕਿ ਘੱਟ ਘੱਟ ਵਿੱਚ ਵੱਸ ਰਿਹਾ ਹੈ। ਰਾਮ ਜਿਹੜਾ ਆਪਣੇ ਘੱਟ ਘੱਟ ਵਿੱਚ ਵੱਸ ਰਿਹਾ ਹੈਗਾ ਉਹ ਰਾਮ ਹੈਗਾ ਅਤੇ ਜਦੋਂ ਇਨਸਾਨ ਮਰ ਜਾਂਦਾ ਹੈਗਾ ਅਤੇ ਰਾਮ ਆਪਣੀ ਜਿਹੜੀ ਲੀਲਾ ਹੈਗੀ, ਯਾਨੀ ਕਿ ਰੂਹ ਰਾਮ ਦੀ ਉਹ ਨਿਕਲ ਜਾਂਦੀ ਚਲੀ ਜਾਂਦੀ ਹੈਗੀ ਅਤੇ ਇਸ ਕਰਕੇ ਮਰ ਜਾਂਦਾ ਆਦਮੀ ਤਾਂ ਆਪਾਂ ਕਹੀਦਾ ਰਾਮ ਰਾਮ
ਸੱਤ ਹੈ, ਪਰ ਇਹ ਜਿਹੜੇ ਹੈਗੇ ਨੇ ਹੈਗੇ ਜਨੂਨੀ, ਇਹ ਆਪਣੇ ਵਾਹਿਗੁਰੂ ਵਾਹਿਗੁਰੂ ਦਾ ਲੇਪ ਲਾ ਲੈਂਦੇ ਨੇ। ਵਾਹਿਗੁਰੂ ਕਿਸੇ ਗੋਡ ਦਾ ਕਿਸੇ ਦਾ ਨਹੀਂ ਨਾਂ ਹੈਗਾ। ਵਾਹਿਗੁਰੂ ਹੈਗਾ ਤੁਹਾਡਾ ਅੰਤਰ ਸਤਿਗੁਰੂ, ਜਦੋਂ ਵਿਆਖਿਆ ਕਰਦਾ ਹੈਗਾ ਤਾਂ ਉਹਦੀ ਵਾਹ ਵਾਹ ਹੁੰਦੀ ਹੈਗੀ। ਅਤੇ ਇਹ ਕੋਈ ਅਕਾਲ ਪੁਰਖ ਦਾ ਨਾਂ ਨਹੀਂ ਹੈਗਾ, ਜਾਂ ਹੋਰ ਰਾਮ ਦਾ ਨਾਂ ਨਹੀਂ, ਹਰ ਦਾ ਨਾਂ ਨਹੀਂ ਹੈਗਾ। ਇਸ ਪੁੱਤਰ ਵਿੱਚ ਵੀ ਪੂਰੀ ਸ਼ਕਤੀ ਸੀ ਜਿਵੇਂ ਕਿ ਰਾਮ ਵਿੱਚ ਬਲ ਹੁੰਦਾ ਹੈ, ਪਰ ਇਸ ਨੇ ਉਹਨਾਂ ਨੂੰ ਕਰਾਮਾਤਾਂ ਦਿਖਾਈਆਂ ਜਿਹੜੇ ਕਿ ਦੁਨੀਆ ਭਰ ਵਿੱਚੋਂ ਇੱਕ ਨੰਬਰ ਦੇ ਮਕਾਰ, ਬਹੁਤੇ ਕਸ਼ਮੀਰੀ ਸ਼ੈਤਾਨ ਸਨ। ਹੁਣ ਔਰੰਗਜ਼ੇਬ ਗੱਦੀ 'ਤੇ ਬੈਠਾ ਸੀ, ਉਹਨੂੰ ਬੜੀ ਖੁਨਸ ਸੀਗੀ ਕਿ ਇਹਨਾਂ ਦਾ ਵੀ ਜਿਹੜਾ ਵਿਚਾਰਿਆ ਉਹ ਬੜਾ ਤੁਸ ਵੀ ਸੀਗਾ, ਤੋ ਇਹਨਾਂ ਨੂੰ ਤੰਗ ਕਰਨ ਲਈ ਕਹਿ ਦਿੰਦਾ ਸੀ ਕਿ ਬਾਣੀ ਦੇ 'ਚ ਤੁਹਾਡੀ 'ਚ ਨਾ ਬਰਖਿਲਾਫ ਲਿਖਿਆ ਸਾਡੇ 'ਚ। ਤੋ ਉਹ ਫਿਰ ਉਹਨਾਂ ਨੇ ਬੀੜ ਲੈ ਗਏ ਸੀਗੇ, ਅਤੇ ਉੱਥੇ ਭਾਈ ਬੁੱਢਾ ਜੀ ਅਤੇ ਹੋਰ ਸਿੱਖ ਨਾਲ ਸੀਗੇ, ਅਤੇ ਭਾਈ ਰਾਮ ਰਾਏ ਜੀ ਨੇ ਉੱਥੇ ਕਰਾਮਾਤਾਂ ਦਿਖਾ ਕੇ ਉਹਨਾਂ ਨੂੰ ਇੰਪ੍ਰੈਸ ਕੀਤਾ, ਉਹਨਾਂ ਨੂੰ ਫਰਮਾਇਆ ਉਹਨਾਂ ਦੇ ਉੱਤੇ। ਪਰ ਉਹ ਜਿਹੜੇ ਕਸ਼ਮੀਰੀ ਸੀਗੇ ਉਹ ਇੰਨੇ ਨਹੀਂ ਫਰਮਾਏ, ਉਹਨਾਂ ਉੱਤੇ ਨਹੀਂ ਇੰਪ੍ਰੈਸ ਹੋਇਆ, ਕਿਉਂ ਉਹਨਾਂ ਦੇ ਜਿਹੜਾ ਨਾ ਦਿਲ 'ਚ ਉਹਨਾਂ ਦੇ ਨਹੀਂ ਸੀਗਾ, ਉਹ ਭੋਲੇ ਪਾਲੇ ਨਹੀਂ ਸੀ, ਚਤਰ ਚਲਾਕ ਸੀਗੇ। ਅਤੇ ਉਹ ਵੀ ਉਹ ਆਪਣੇ ਵੱਲ ਜਾਦੂ ਜੂਦੂ ਕਰਕੇ ਦੱਸਣ ਲੱਗੇ ਵੀ ਅਸੀਂ ਵੀ ਜਾਣਦੇ, ਕੋਈ ਖਾਸ ਨਹੀਂ ਹੈਗੀ ਗੱਲ ਜਿਹੜੀ ਤੁਸੀਂ ਦਿਖਾਲੀ ਹੈਗੀ। ਫਿਰ ਉਹਨਾਂ ਨੂੰ ਜਦੋਂ ਥੋੜ੍ਹੇ ਜਿਹੇ ਉਹਨਾਂ ਨੂੰ ਥਿੜਕ ਗਏ ਨਾ, ਫਿਰ ਉਹਨਾਂ ਨੂੰ ਪੁੱਛਦੇ ਕਿ ਇਹ ਮਿੱਟੀ ਮੁਸਲਮਾਨ ਦੀ ਪਈ ਪੇੜ ਘੁਮਿਆਰ, ਇਹ ਕੀ ਮਤਲਬ ਹੈਗਾ? ਅਤੇ ਵੀ ਮੁਸਲਮਾਨ ਤਾਂ ਹੁੰਦਾ ਨਾ ਮਨ ਹੁੰਦਾ, ਅਤੇ ਤਨ ਜਿਹੜਾ ਹੈਗਾ ਇਹ ਮਿੱਟੀ ਹੈਗੀ ਮੁਸਲਮਾਨ ਦੀ। ਅਤੇ ਉਹ ਫਿਰ ਜਦੋਂ ਇੱਦਾਂ ਦੀਆਂ ਉਹਨਾਂ ਨੂੰ ਕੁਸ਼ਚਨ ਪੁੱਛੇ ਨਾ ਤਸਵੀ ਤੌਰ 'ਤੇ, ਉਹ ਥਿੜਕ ਗਏ ਅਤੇ ਕਹਿੰਦੇ ਇਹ ਗਲਤ ਨਹੀਂ, ਇਹ ਨਹੀਂ ਇੱਦਾਂ ਹੈਗਾ ਲਿਖਿਆ ਹੈਗਾ, ਮਿੱਟੀ ਬੇਈਮਾਨ ਦੀ ਪਈ ਪੇੜੇ ਘੁਮਿਆਰ, ਉਹ ਜਿਹੜੀ ਸੀ ਬਾਣੀ ਇਹਨਾਂ ਨੇ ਬਦਲ ਦਿੱਤੀ। ਅਤੇ ਬਦਲ ਦਿੱਤੀ ਤਾਂ ਫਿਰ ਉਹਨਾਂ ਨੇ ਖੁਸ਼ ਹੋ ਗਿਆ ਕਿ ਇਹ ਤਾਂ ਇਹ ਸਾਡੇ ਵੱਲ ਦੀ ਕਰ ਦਿੱਤੀ, ਵੀ ਉਹ ਥਿੜਕ ਗਿਆ ਉੱਥੋਂ। ਤਾਂ ਉਹਨੂੰ ਫਿਰ ਹੋਰ ਜ਼ਮੀਨ ਜ਼ਮਾਨ ਦੇ ਦਿੱਤੀ, ਦੇਹਰਾਦੂਨ ਵੱਲ ਉਹਨੂੰ ਫਿਰ ਨੌਂ ਨਿਹਾਲ ਕਰ ਦਿੱਤਾ। ਹੁਣ ਕਰਾਮਾਤਾਂ ਸਿਰਫ ਸਾਦਾ ਲੋ ਆਦਮੀਆਂ ਵਿੱਚ ਹੀ ਦਿਖਾਈ ਦੀਆਂ ਹਨ, ਨਾ ਕਿ ਕਸ਼ਮੀਰ ਦੇ ਇੱਕ ਨੰਬਰ ਦੇ ਸ਼ੈਤਾਨ ਮੁੱਲਾ ਜਿਹੜੇ ਕਿ ਉਸ ਦਰਬਾਰ ਵਿੱਚ ਬੈਠੇ ਹੋਏ ਸਨ। ਯਾਦ ਰੱਖੋ ਕਿ ਮਸੀਹ ਈਸਾ ਜੀ ਨੇ ਜਰੂਜ਼ਲਮ ਦੇ ਚਤਰ ਚਲਾਕ ਰਬਾਈਆਂ ਨੂੰ ਕਰਾਮਾਤ ਦਿਖਾਉਣ ਤੋਂ ਨਾ ਕਰ ਦਿੱਤੀ ਸੀ, ਕਿਉਂਕਿ ਉਹ ਆਪ ਅੱਖੀਂ ਦੇਖੀਆਂ ਅਤੇ ਲੋਕਾਂ ਦੀਆਂ ਦੱਸੀਆਂ ਹੋਈਆਂ ਕਰਾਮਾਤਾਂ ਵੀ ਨਹੀਂ ਸਨ ਮੰਨਦੇ। ਭਾਵ ਕਿ ਜਿਹੜੇ ਹੈਗੇ ਮਿਡਲ ਈਸਟ ਦੇ ਰਬਾਈ ਸੀਗੇ ਜਾਂ ਉਹ ਸੀਗੇ, ਇਹ ਜਿਹੜੇ ਖੱਤਰੀ ਸੀਗੇ ਆਪਣੇ ਕਸ਼ਮੀਰ ਦੇ, ਉਹਨਾਂ ਨਾਲ ਤਾਂ ਕਿਤੇ ਛੋਟੇ ਸ਼ੈਤਾਨ ਸਨ। ਇਹ ਜਿਹੜੇ ਕਸ਼ਮੀਰ ਦੇ ਖੱਤਰੀ ਹੈਗੇ ਨੇ ਜਿਹੜੇ ਅਤੇ ਸਾਫ ਸੁਥ ਜਿਹੜੇ ਮੁੱਲਾਂ ਬਣੇ ਸੀ, ਇਹਨਾਂ ਨੂੰ ਕਹੀਦਾ ਐਮਪਰਰਸ ਆਫ ਡਾਰਕਨੈਸ, ਇਹਨਾਂ ਨਾਲ ਵੱਡਾ ਕੋਈ ਸ਼ੈਤਾਨ ਦਾ ਪੁੱਤਰ ਨਹੀਂ ਦੁਨੀਆਂ 'ਚ। ਇਸ ਲਈ ਦੁਨੀਆਂ ਦੇ ਸਰਤਾਜ ਕਸ਼ਮੀਰੀ ਸ਼ੈਤਾਨ ਮੁੱਲਾਂ ਨੂੰ ਕਰਾਮਾਤ ਦਿਖਾਉਣਾ ਤਾਂ ਇੱਕ ਮਹਾਂ ਗਲਤੀ ਸੀ, ਅਤੇ ਫਿਰ ਘਬਰਾ ਕੇ ਬਾਣੀ ਵੀ ਉਹਨਾਂ ਸ਼ੈਤਾਨਾਂ ਨੂੰ ਖੁਸ਼ ਕਰਨ ਲਈ ਬਦਲ ਦਿੱਤੀ। ਇਸ ਉੱਤੇ ਸ਼ੈਤਾਨਾਂ ਨੇ ਇਸ ਥਿੜਕੇ ਹੋਏ ਸਿੱਖ ਨੂੰ ਦੁਨਿਆਵੀ ਸਰੋਪੇ ਦੇ ਕੇ ਨਿਹਾਲ ਕੀਤਾ। ਜਦ ਸੱਚੇ ਪਾਤਸ਼ਾਹ ਹਰ ਰਾਏ ਜੀ ਨੂੰ ਪਤਾ ਲੱਗਾ ਤਾਂ ਉਹਨਾਂ ਨੇ ਇਸ ਥਿੜਕੇ ਹੋਏ ਸਿੱਖ ਦਾ ਮੂੰਹ ਦੇਖਣਾ ਨਾ ਚਾਹਿਆ। ਪਰ ਯਾਦ ਰੱਖੋ ਕਿ ਅੱਜ ਕੱਲ੍ਹ ਦੀਆਂ ਬੀੜਾਂ ਵਿੱਚ ਵੀ ਬਹੁਤ ਗਲਤੀਆਂ ਹਨ, ਇਸ ਕਰਕੇ ਸੱਚੇ ਪਾਤਸ਼ਾਹ ਹਰ ਰਾਏ ਜੀ ਨੇ ਆਪਣੀ ਗੱਦੀ ਹਰ ਕ੍ਰਿਸ਼ਨ ਜੀ ਨੂੰ ਦੇ ਦਿੱਤੀ ਸੀ। ਪਰ ਉਹ ਥਿੜਕਿਆ ਹੋਇਆ ਬੇਈਮਾਨ ਰਾਮ ਰਾਏ ਇਸ ਵਿੱਚ ਖੁਸ਼ ਨਹੀਂ ਸੀ, ਅਤੇ ਆਪਣੇ ਪਿਓ ਨੂੰ ਮਿਹਣਾ ਮਾਰਦਾ ਕਹਿੰਦਾ ਕਿ ਕੀ ਇੱਕ ਮਾਤਾ ਦੇ ਮਾਲ ਨੂੰ ਤੁਸੀਂ ਗੱਦੀ ਦੇ ਦਿੱਤੀ ਹੈ। ਅਤੇ ਸੱਚੇ ਪਾਤਸ਼ਾਹ ਹਰ ਕ੍ਰਿਸ਼ਨ ਜੀ ਨੇ ਸ਼ਰਾਪ ਦਿੱਤਾ ਕਿ ਤੂੰ ਨਾ ਜਿਉਂਦਿਆਂ ਵਿੱਚੋਂ ਅਤੇ ਨਾ ਹੀ ਤੂੰ ਮਰਿਆਂ ਵਿੱਚੋਂ, ਭਾਵ ਕਿ ਭੂਤ
ਭੂਤ ਪ੍ਰੇਤਾਂ ਦਾ ਸਰਤਾਜ।